ਫਤਿਹਗੜ੍ਹ ਸਾਹਿਬ 'ਚ ਪੈਂਦੇ ਚਨਾਰਥਲ ਕਲਾਂ ਇੱਕ ਟੂਰਨਾਮੈਂਟ 'ਚ ਆਏ ਚੰਦੂ ਮਾਜਰਾ ਨੇ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਹੋ ਰਹੇ ਧੱਕੇ ਨੂੰ ਦੇਖਦਿਆਂ ਲੱਗਦਾ ਹੈ ਕਿ ਕਾਂਗਰਸ ਚੋਣਾਂ ਨਹੀਂ ਲੜ ਰਹੀ ਬਲਕਿ ਅਕਾਲੀ ਦਲ ਵਰਸਿਸ ਪੁਲਿਸ ਲੜਾਈ ਹੈ। ਉੱਥੇ ਹੀ ਉਹਨਾਂ ਬੋਲਦਿਆਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਨੂੰ ਉਹ ਸਰਕਾਰ ਨਾਲ ਗੱਲਬਾਤ ਕਰ ਜੋ ਉੱਥੇ ਪਹਿਲਾਂ 2,000 ਰੁਪਏ ਫੀਸ ਰੱਖੀ ਗਈ ਹੈ ਅਤੇ ਅਸੀਂ ਸਰਕਾਰ ਨੂੰ ਕਹਾਂਗੇ ਕਿ ਆਪਣੇ ਡਿਪਲੋਮੈਂਟ ਨੂੰ ਕਹਿ ਕੇ ਪਾਕਿਸਤਾਨ ਨਾਲ ਗੱਲਬਾਤ ਕਰਕੇ ਫੀਸ ਨੂੰ ਘਟਾਉਣ ਦੀ ਗੱਲ ਕਰਨ। ਅਤੇ ਉੱਥੇ ਜਦ ਉਹਨਾਂ ਤੋਂ ਹਰਿਆਣੇ 'ਚ ਬੀਜੇਪੀ ਨਾਲੋਂ ਅਲੱਗ ਚੋਣ ਲੜਨ ਬਾਰੇ ਪੁੱਛੇ ਗਏ ਸਵਾਲ 'ਤੇ ਉਹਨਾਂ ਕਿਹਾ ਕਿ ਪਹਿਲਾਂ ਤੋਂ ਹੀ ਹਰਿਆਣੇ 'ਚ ਇਨਾਲੋ ਨਾਲ ਰਲ ਕੇ ਹੀ ਚੋਣ ਲੜਦੇ ਰਹੇ ਹਨ, ਜਿਸ ਨਾਲ ਪੰਜਾਬ 'ਚ ਇਸ ਨਾਲ ਬੀਜੇਪੀ ਅਤੇ ਅਕਾਲੀ ਦਲ ਦੇ ਗੱਠਜੋੜ ਨੂੰ ਕੋਈ ਫਰਕ ਨਹੀਂ ਪਵੇਗਾ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਵੀ ਅਸੀਂ ਇਕੱਠੇ ਹੀ ਚੋਣ ਲੜਾਂਗੇ। ਅਤੇ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ 'ਚ ਕਈ ਆਗੂ ਬੀਜੇਪੀ 'ਚ ਸ਼ਾਮਿਲ ਹੋਣ ਜਾ ਰਹੇ ਹਨ ਤਾਂ ਉਹਨਾਂ ਕਿਹਾ ਕਿ ਖਬਰਾਂ ਵਾਲੇ ਆਪਣੀ ਸੁਰੱਖਿਆ ਬਣਾਉਣ ਲਈ ਇਹੋ ਜਿਹੀਆਂ ਗੱਲਾਂ ਕਰਦੇ ਹਨ। ਪ੍ਰਧਾਨ ਜੀ, ਕਰਤਾਰਪੁਰ ਕੋਰੀਡੋਰ ਲਈ 1400 ਰੁਪਏ ਫੀਸ ਰੱਖੀ ਹੈ ਪਾਕਿਸਤਾਨ ਨੇ, ਕੀ ਤੁਸੀਂ ਆਪਣੀ ਭਾਈਵਾਲ ਪਾਰਟੀ ਜਿਹੜੀ ਆ ਉਹਨਾਂ ਨਾਲ ਗੱਲਬਾਤ ਕਰਕੇ ਕੁਛ ਕਰੋ? ਇਹਦੇ 'ਚ ਭਾਈਵਾਲ ਪਾਰਟੀ ਬੀਜੇਪੀ ਨਹੀਂ ਕਰ ਸਕਦੀ, ਗੌਰਮੈਂਟ ਵੱਲੋਂ ਯਤਨ ਹੋ ਰਿਹਾ। ਪਹਿਲਾਂ 2000 ਸੀ, ਹੁਣ 1400 ਕਰਤੀ, ਅਤੇ ਕੋਸ਼ਿਸ਼ ਕਰਾਂਗੇ ਅਸੀਂ ਫੀਸ ਹੋਰ ਘਟਾਉਣ ਲਈ। ਇਹ ਦੂਜੇ ਦੇਸ਼ ਦਾ ਕੰਟਰੀ ਟੂ ਕੰਟਰੀ ਮਸਲਾ ਹੁੰਦਾ, ਅਤੇ ਦੂਜੇ ਦੇਸ਼ ਦੇ ਆਪਣੇ ਕੁਛ ਸਿਸਟਮ ਹੁੰਦੇ ਨੇ, ਪਰ ਡਿਪਲੋਮੈਟਿਕ ਲੈਵਲ 'ਤੇ ਪ੍ਰੈਸ਼ਰ ਪਾ ਕੇ ਸਾਡਾ ਯਤਨ ਹੋਏਗਾ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਾਰੇ ਕਰਨ ਵਾਲਿਆਂ 'ਤੇ ਕੋਈ ਫੀਸ ਪਾਕਿਸਤਾਨ ਨਾਲ ਆ। ਪ੍ਰਧਾਨ ਜੀ, ਇੱਕ ਹਰਿਆਣਾ 'ਚ ਚੋਣਾਂ 'ਚ ਆਪਣੀ ਭਾਜਪਾ ਦੇ ਖਿਲਾਫ ਉੱਥੇ ਚੋਣਾਂ ਲੜ ਰਹੇ ਹੋ, ਅਤੇ ਕੀ ਪ੍ਰਚਾਰ, ਕਿਵੇਂ ਪ੍ਰਚਾਰ ਕਰੋਗੇ ਜੀ? ਨਹੀਂ, ਹਰਿਆਣੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰੀ ਵੱਖਰਾ ਅਤੇ ਬੀਜੇਪੀ ਨਾਲ ਵੱਖਰਾ ਚੋਣ ਨਹੀਂ ਲੜ ਰਿਹਾ। ਬਹੁਤ ਲੰਬੇ ਸਮੇਂ ਤੋਂ ਜਦੋਂ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਬੀਜੇਪੀ ਅਲੱਗ ਚੋਣ ਲੜ ਰਹੀ ਹੈ ਅਤੇ ਅਕਾਲੀ ਦਲ ਵੱਖਰਾ ਚੋਣ ਲੜਦਾ ਆ। ਇਹ ਕੋਈ ਅਲੌਕਿਕ ਜਾਂ ਵੱਖਰੀ ਗੱਲ ਨਹੀਂ ਹੋਈ, ਨਵੀਂ ਗੱਲ ਨਹੀਂ ਹੋਈ, ਲੰਬੇ ਸਮੇਂ ਤੋਂ ਇਹੀ ਸਮੀਕਰਨ ਹੋਏ ਨੇ। ਐਨਐਲਓ ਨਾਲ ਅਕਾਲੀ ਦਲ ਵਿਧਾਨ ਸਭਾ ਦੀ ਚੋਣ ਲੜਦਾ, ਇਸ ਵਾਰੀ ਵੀ ਉਸਦੇ ਨਾਲ ਲੜ ਰਿਹਾ ਅਤੇ ਕੋਈ ਵਖਰੇਵਾ ਨਹੀਂ ਹੈ। ਉਸ ਹਰਿਆਣੇ ਦੀ ਚੋਣ ਦਾ ਪੰਜਾਬ ਦੇ ਗੱਠਜੋੜ ਨਾਲ ਜਾਂ ਨੈਸ਼ਨਲ ਲੈਵਲ 'ਤੇ ਬੀਜੇਪੀ ਅਕਾਲੀ ਦਲ ਗੱਠਜੋੜ 'ਤੇ ਕੋਈ ਅਸਰ ਨਹੀਂ। ਇੱਕ ਆਸ਼ੂ ਨੇ ਵਿਧਾਨ ਸਭਾ ਚੋਣਾਂ ਹੋਣਗੀਆਂ, ਕੀ ਇਕੱਲੀ ਬੀਜੇਪੀ ਇਕੱਠੀ ਲੜੂਗੀ ਅਲੱਗ ਅਲੱਗ ਹੋਊਗੀ ਪੰਜਾਬ ਦੇ ਵਿੱਚ? ਪੰਜਾਬ ਅਤੇ ਨੈਸ਼ਨਲ ਲੈਵਲ 'ਤੇ ਅਕਾਲੀ ਦਲ ਬੀਜੇਪੀ ਦਾ ਗਠਬੰਧਨ ਆ, ਔਰ ਰਲ ਕੇ ਚੋਣਾਂ ਲੜ ਰਹੇ ਨੇ, ਲੜਦੇ ਰਹੇ ਨੇ, ਅੱਗੇ ਨੂੰ ਵੀ ਲੜਨ। ਅਤੇ ਇੱਕ ਸੋਸ਼ਲ ਮੀਡੀਆ 'ਤੇ ਪ੍ਰਚਾਰ ਚੱਲ ਰਿਹਾ ਕਿ ਕੁਛ ਬੰਦੇ ਬੀਜੇਪੀ 'ਚ ਆ ਰਹੇ ਨੇ ਅਕਾਲੀ ਦਲ ਛੱਡ ਕੇ ਪੰਜਾਬ। ਇਹ ਤਾਂ ਇੱਕ ਸੋਸ਼ਲ ਮੀਡੀਆ ਨੇ ਆਪਣੀ ਕਹਾਣੀਆਂ ਬਣਾਉਣ ਵਾਸਤੇ, ਆਪਣੀ ਨਿਊਜ਼ ਬਣਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਅੱਜ ਕੱਲ੍ਹ ਇੱਕ ਰਿਵਾਜ਼ ਹੋ ਗਿਆ, ਅਤੇ ਮੈਂ ਸਮਝਦਾ ਕਿ ਇਸ ਕਿਸਮ ਦੀਆਂ ਆਪਣੀਆਂ ਖਬਰਾਂ ਦੀ ਪੂਰਤੀ ਲਈ ਹੀ ਆਪਣਾ ਡੰਗ ਸਾਰਦੇ ਨੇ, ਕੋਈ ਸੱਚਾਈ ਨਹੀਂ। ਨਵਜੋਤ ਸਿੱਧੂ ਦਾ ਹੀ ਪਤਾ ਲੱਗਿਆ ਕਿ ਉਹ ਬੀਜੇਪੀ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ? ਇਹ ਤਾਂ ਨਵਜੋਤ ਸਿੱਧੂ ਨੂੰ ਪਤਾ ਹੋਏਗਾ ਵੀ ਉਹਦੀ ਗੱਲਬਾਤ ਚੱਲਦੀ ਹੈ ਕਿ ਨਹੀਂ ਚੱਲਦੀ ਹੈ ਜਾਂ ਪਹਿਲਾਂ। ਫਤਿਹਗੜ੍ਹ ਸਾਹਿਬ ਤੋਂ ਸੰਦੀਪ ਅਰੋੜਾ ਦੀ ਰਿਪੋਰਟ।